ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਬਾਰੇ। ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅੱਜ ਇੱਕ ਵਾਰ 10 ਵਜੇ ਫੇਰ ਉਸਨੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਤੇ ਮੈਂਡਰ ਅਤੇ ਬਾਲਾਕੋਟ ਸੈਕਟਰ 'ਚ ਫਾਇਰਿੰਗ ਕੀਤੀ। ਜਵਾਬ ਵਿੱਚ ਭਾਰਤ ਨੇ ਵੀ ਇਸਦਾ ਮੂੰਹ ਤੋੜ ਜਵਾਬ ਦਿੱਤਾ। ਨਸ਼ਿਆਂ ਦੇ ਖਿਲਾਫ਼ ਵਿੰਡੀ ਗਈ ਮੁਹਿੰਮ 'ਚ ਪੰਜਾਬ ਪੁਲਿਸ ਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ। ਅੰਮ੍ਰਿਤਸਰ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ 7.5 ਕਿਲੋ ਹੈਰੋਇਨ ਅਤੇ 28 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਸੇਵਾ ਸਪਤਾਹ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਅੱਜ ਦਿੱਲੀ ਦੇ ਏਮਸ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਵਰਕਿੰਗ ਪ੍ਰਧਾਨ JP ਨੱਡਾ ਦੁਆਰਾ ਕੀਤੀ ਗਈ। ਇਸ ਮੌਕੇ ਅਮਿਤ ਸ਼ਾਹ ਵੱਲੋਂ ਜ਼ਰੂਰਤਮੰਦਾਂ ਨੂੰ ਜ਼ਰੂਰੀ ਸਮਾਨ ਵੀ ਦਿੱਤਾ ਗਿਆ ਤੇ 7 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਜਾਵੇਗਾ। ਐਸ਼ੇ ਸੀਰੀਜ਼ 'ਚ ਸਟੀਵਨ ਸਮਿਥ ਦਾ ਚੰਗਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਮਿਥ ਨੇ ਪਹਿਲੀ ਵਾਰ ਐਸ਼ੇ ਸੀਰੀਜ਼ 'ਚ 700+ ਰਨ ਬਣਾਏ, ਉੱਥੇ ਹੀ ਲਗਾਤਾਰ 10 ਪਾਰੀਆਂ 'ਚ 50+ ਸਕੋਰ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ। ਇਸ ਤੋਂ ਪਹਿਲਾਂ ਇਹ ਕਾਰਨਾਮਾ ਪਾਕਿਸਤਾਨ ਦੇ ਖਿਡਾਰੀ ਇਜ਼ਮਾਮੁਲ ਹੱਕ ਨੇ ਕੀਤਾ ਸੀ, ਜਿਨ੍ਹਾਂ ਨੇ ਲਗਾਤਾਰ 9 ਪਾਰੀਆਂ 'ਚ 50+ ਸਕੋਰ ਬਣਾਏ ਸੀ। ਇਸ ਮੈਚ 'ਚ ਇੰਗਲੈਂਡ ਦੇ ਬੌਲਰ ਜੋਫਰਾ ਆਰਚਰ ਨੇ 6 ਵਿਕਟਾਂ ਲਈਆਂ ਤੇ ਆਪਣੀ ਰਫ਼ਤਾਰ ਦਾ ਕਹਿਰ ਬਰਪਾਇਆ। ਮਹਾਰਾਸ਼ਟਰ ਦੇ ਵਿੱਚ BJP ਨੂੰ ਇੱਕ ਵੱਡਾ ਚਿਹਰਾ ਮਿਲ ਗਿਆ ਹੈ। NCP ਦੇ ਸਾਬਕਾ ਸਾਂਸਦ ਉਦੇ ਨਰਾਜੇ ਭੋਸਲੇ ਅੱਜ BJP ਵਿੱਚ ਸ਼ਾਮਿਲ ਹੋ ਗਏ ਤੇ BJP ਦੀ ਮੁੱਢਲੀ ਮੈਂਬਰਸ਼ਿਪ ਹਾਸਲ ਕੀਤੀ। ਇਸ ਤੋਂ ਪਹਿਲਾਂ ਭੋਸਲੇ 17 ਤੋਂ NCP ਦੇ ਸਾਂਸਦ ਸਨ। ਪਹਿਲਾਂ ਉਹਨਾਂ ਨੇ ਸਾਂਸਦ ਪਦ ਤੋਂ ਅਸਤੀਫਾ ਦਿੱਤਾ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨੀਵਾਸ ਦੀ ਮੌਜੂਦਗੀ 'ਚ BJP ਦੀ ਬਾਂਹ ਫੜੀ। ਖਬਰਾਂ ਦੀ ਤਾਜ਼ਾ ਅਪਡੇਟ ਲਈ ਲਾਈਵ ਤੇ ਸਬਸਕ੍ਰਾਈਬ ਕਰੋ ਚੈਨਲ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼।